ਮਾਨ ਸਰਕਾਰ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਭ੍ਰਿਸ਼ਟਾਚਾਰ ਦੇ ਖਿਲਾਫ ਜੀ ਅਮਰitsar ਦੇ ਤਿੰਨ ਬੀਪੀਓ ਨੂੰ ਮੁਕਤਲ ਕਰ ਦਿੱਤਾ ਗਿਆ ਜੀ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਤਿੰਨ ਚਾਰ ਖਬਰਾਂ ਹੁਣੇ-ਹੁਣੇ ਸਾਡੇ ਸਾਹਮਣੇ ਆਈਆਂ ਨੇ ਜੀ ਕਿਉਂਕਿ ਸਰਕਾਰ ਦਾ ਇਹ ਨਾਅਰਾ ਹੈ ਅਸੀਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਰਦਾਸ਼ਤ ਨਹੀਂ ਕਰਾਂ ਜਿਹੜੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਨ ਦੇ ਆਰਥਿਕ ਪੱਕੋਂ ਅਸਮਰਥ ਨੇ ਉਹਨਾਂ ਨੂੰ ਸਰਕਾਰ ਵਰਦੀਆਂ ਵੀ ਦਿੰਦੀ ਹੈ ਬੂਟ ਵੀ ਦਿੰਦੀ ਹੈ ਕਦੇ-ਕਦੇ ਤਾਂ ਇਹ ਹੁੰਦਾ ਕਿ ਬੱਚਾ ਘਰੋਂ ਪਾ ਕੇ ਸਕੂਲ ਤੁਰਿਆ ਸਕੂਲ ਤੱਕ ਜਾਂਦਾ ਬੂਟ ਦੇ ਵਿੱਚ ਦੀ ਪੈਰ ਨਿਕਲ ਜਾਂਦਾ ਇਹ ਲੋਕਾਂ ਨੂੰ ਚਾਨਣ ਮਰਾਰੇ ਬਣਾਉਣ ਵਾਲੇ ਉਹਨਾਂ ਚ ਤੇਲ ਤਾਂ ਕੀ ਪਉਣਾ ਬੱਤੀਆਂ ਵੀ ਕੱਢ ਕੇ ਲੈ ਜਾਂਦੇ ਨੇ ਸੁਦੀਸ਼ ਨੂੰ ਜਿਹੜੇ ਪਰਿਵਾਰ ਵੱਲੋਂ ਜੀ ਰਾਜਪਾਲ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਜੀ ਜਿਹਦੇ ਵਿੱਚ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਹੈ ਤੇ ਐਸਆਈਟੀ ਬਣਾਉਣ ਦੀ ਵੀ ਗੱਲ ਕੀਤੀ ਹੈ ਪਤਾਵਣਾ ਚਾਹੀਦਾ ਜਿਨੇ ਉਹਦੇ ਤੇ ਗੋਲੀ ਚਲਾਈ ਉਹਨੂੰ ਤੁਰੰਤ ਪੱਤਰ ਤੇ ਫੜ ਲਿਆ ਗਿਆ ਤੇ ਹੋਰ ਕਿਸੇ ਦਾਣਾ ਜਿਉ ਮੌਕੇ ਤੇ ਫੜਿਆ ਨਾ ਜਾਂਦਾ ਫਿਰ ਤਾਂ ਇਹ ਗੱਲ ਹੁੰਦੀ ਪੰਜਾਬ ਤੇ ਹਰਿਆਣਾ ਦੇ ਡੀਜੀਪੀ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਤੇ ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਕੇਸਾਂ ਦੇ ਵਿੱਚ ਤੇਜ਼ੀ ਲਾਈ ਜਾਵੇ ਸਿੱਧੇ ਹੁਕਮ ਦਿੱਤੇ ਨੇ ਉਹ ਕਹਿੰਦੇ ਕਿ ਜਿਹੜੇ ਜਿਹੜੇ ਕੇਸ ਚੱਲ ਰਹੇ ਨੇ ਜਾਂਚ ਵਿੱਚ ਉਹਨਾਂ ਨੂੰ ਜਲਦੀ ਮੁਕੰਮਲ ਕਰਕੇ ਇੱਥੇ ਲਿਆਂਦਾ ਜਾਵੇ ਹੋਰ ਬਹੁਤ ਉੱਚ ਪੱਤਰੀ ਗੱਲ ਕਹਿਤੀ ਹੈ ਮਨਜੋਗ ਜੱਤ ਸਾਹਿਬ ਨੇ ਉਹ ਕਹਿੰਦੇ ਕਿ ਜਾਂਚ ਦੌਰਾਨ ਜੇ ਲੱਗਦਾ ਕਿ ਇਹ ਕੇਸ ਐਵੇਂ ਹੀ ਹੈ ਇਹਦੇ ਵਿੱਚ ਕੁਛ ਹੈ ਨਹੀਂ ਤਾਂ ਉਹਨਾਂ ਨੂੰ ਜਾਂਚ ਉਹਦੀ ਬੰਦ ਕਰ ਦਿੱਤੀ ਜਾਵੇ ਤਾ ਜੋ ਤੁਹਾਡਾ ਸਮਾਜ ਤੇ ਅਦਾਲਤਾਂ ਦਾ ਸਮਾਪਰਵਾਦ ਨਾ ਹੋਵੇ ਢਿੱਲੋ ਸਾਹਿਬ ਚੰਡੀਗੜ੍ਹ ਨੂੰ ਜਲਦੀ ਨਵਾਂ ਐਸਐਸਪੀ ਮਿਲ ਸਕੇ ਰਾਜਪਾਲ ਸਾਹਿਬ ਨੇ ਹਦੇਸ਼ ਦਿੱਤੇ ਸੀ ਕਿ ਚੰਡੀਗੜ੍ਹ ਦੇ ਐਸਐਸਪੀ ਨੂੰ ਬਦਲ ਦਿੱਤਾ ਜਾਵੇ ਕੁਲਦੀਪ ਚਾਹਲ ਨੂੰ ਉਹਨਾਂ ਨੇ ਕਿਹਾ ਬਦਲ ਦਿਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਰੁਤਬਾ ਵਧਾ ਕੇ ਡੀਆਈਜੀ ਬਣਾ ਕੇ ਗੁਲਦੀਪ ਸਿੰਘ ਚਾਲੂ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਤਾ ਪੰਜਾਬ ਦੇ ਵਿੱਚ ਮੁਫਤ ਸਫਰ ਕਰਕੇ ਔਰਤਾਂ ਦੇ ਪ੍ਰਾਈਵੇਟ ਬੱਸਾਂ ਦਾ ਜਿਹੜਾ ਪੂਰਾ ਕਾਰੋਬਾਰ ਹੌਕੜਾ ਘਾਟੇ ਜਾ ਰਿਹਾ ਸੀ ਕੁਝ ਸਿਆਸਤਦਾਨ ਹੁੰਦੇ ਨੇ ਜਿਹੜੇ ਆਪਾ ਵਾਰ ਕੇ ਘਰ ਬਾਰ ਕੇ ਦੂਜਿਆਂ ਲਈ ਕੁਝ ਕਰਨ ਦਾ ਯਤਨ ਕਰਦੇ ਨੇ ਪਰ 1996 ਤੋਂ ਬਾਅਦ ਇੱਕ ਮੁਖਤ ਖੋਰੀ ਦੀ ਸਿਆਸਤਰੇ ਪੰਜਾਬ ਦਾ ਬੇੜਾਗਰ ਕਰਤਾ ਇਹ ਜਿਹੜਾ ਪੰਜਾਬ ਖੜਕੂ ਬਾਤ ਤੋਂ ਪਹਿਲਾਂ ਨੰਬਰ 1 ਤੇ ਸੀ ਇਹ ਤੇ ਰਾਤਰੀ ਵਸਾਂ ਵੀ ਚੱਲਦੀਆਂ ਸੀ ਅਪਰਾਧਿਕ ਪੱਖੋਂ ਵੀ ਕੋਈ ਬਹੁਤ ਹੀ ਵੱਡੀਆਂ ਗੱਲਾਂ ਨਹੀਂ ਸੀ ਕਈ ਸ਼ੇਰਾਂ ਬਾਰੇ ਜਦੋਂ ਸੁਣੀਦਾ ਰੂਹਾਂ ਕੰਬਦੀਆਂ ਨੇ ਕਿ ਆਹ ਕੁਝ ਵੀ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਬਿੱਟੂ। ਹਾਜ਼ਰਨਾ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋ ਜਾਇਮ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋ ਜੀ ਆਉਣ ਦਾ ਸਵਾਗਤ ਕਰਦੇ ਹਾਂ। ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਬਲਵਿੰਦਰ। ਮਾਨ ਸਰਕਾਰ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਭ੍ਰਿਸ਼ਟਾਚਾਰ ਦੇ ਖਿਲਾਫ ਜੀ ਅਮਰitsar ਦੇ ਤਿੰਨ ਬੀਪੀਓ ਨੂੰ ਮੁਕਤਲ ਕਰ ਦਿੱਤਾ ਗਿਆ ਜੀ। ਅੱਜ ਭ੍ਰਿਸ਼ਟਾਚਾਰ ਨਾਲ ਸੰਬ ਤਿੰਨ ਚਾਰ ਖਬਰਾਂ ਹੁਣੇ-ਹੁਣੇ ਸਾਡੇ ਸਾਹਮਣੇ ਆਈਆਂ ਨੇ ਜੀ ਕਿਉਂਕਿ ਸਰਕਾਰ ਦਾ ਇਹ ਨਾਅਰਾ ਹੈ ਅਸੀਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਮੁੱਖ ਮੰਤਰੀ ਪੁਗਮਨਤਮਾਨ ਵਾਰ-ਵਾਰ ਇਹਨਾਂ ਗੱਲਾਂ ਨੂੰ ਦੁਹਰਾਉਂਦੇ ਵੀ ਹੈ ਜਿੱਥੇ ਦੁਹਰਾਉਂਦੇ ਨੇ ਉੱਥੇ ਕੰਮ ਵੀ ਕਰ ਰਹੇ ਨੇ ਸਭ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਬਲੌਕ ਪੱਧਰੀ ਪੰਚਾਇਤ ਬਲੌਕ ਪੱਧਰੀ ਪ੍ਰਾਇਮਰੀ ਸਿੱਖਿਆ ਅਧਿਕਾਰੀ ਇਹਨਾਂ ਦੇ ਵਿੱਚੋਂ ਤਿੰਨ ਨੂੰ ਉਹਨਾਂ ਨੇ ਇਸ ਮਹਿਕਮੇ ਦੇ ਸਕੱਤਰ ਨੇ ਜਸਪ੍ਰੀਤ ਕੌਰ ਤਲਵਾੜ ਉਹਨਾਂ ਨੇ ਜੋ ਜਾਂਚ ਕਰਾਈ ਉਹਦੇ ਵਿੱਚ ਤਿੰਨ ਅਧਿਕਾਰੀ ਜਸ਼ਪਾਲ ਰਵਿੰਦਰਜੀਤ ਕੌਰ ਦਲਜੀਤ ਸਿੰਘ ਪਿਛਲੇ ਦਿਨਾਂ ਦੇ ਵਿੱਚ ਇੱਕ ਬੱਚਿਆਂ ਦੀ ਵਰਦੀ ਘਟਾਲਾ ਸਾਹਮਣੇ ਆਇਆ ਸੀ। ਕਈ ਬਾਰੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣ ਦੇ ਆਰਥਿਕ ਪੱਖੋਂ ਅਸਮਰਥ ਨੇ ਉਹਨਾਂ ਨੂੰ ਸਰਕਾਰ ਵਰਦੀਆਂ ਵੀ ਦਿੰਦੀ ਹੈ ਬੂਟ ਵੀ ਦਿੰਦੀ ਹੈ ਕਦੇ-ਕਦੇ ਤਾਂ ਇਹ ਹੁੰਦਾ ਕਿ ਬੱਚਾ ਘਰੋਂ ਪਾ ਕੇ ਸਕੂਲ ਤੁਰਿਆ ਸਕੂਲ ਤੱਕ ਜਾਂਦਾ ਬੂਟ ਦੇ ਵਿੱਚ ਦੀ ਪੈਰ ਨਿਕਲ ਜਾਂਦਾ ਇਹ ਲੋਕਾਂ ਨੂੰ ਚਾਨਣ ਮਨਾਰੇ ਬਣਾਉਣ ਵਾਲੇ ਉਹਨਾਂ ਚ ਤੇਲ ਤਾਂ ਕੀ ਪਾਉਣਾ ਬੱਤੀਆਂ ਵੀ ਕੱਢ ਕੇ ਲੈ ਜਾਂਦੇ ਨੇ ਛੋਟੇ-ਛੋਟੇ ਬੱਚਿਆਂ ਨੂੰ ਕਿਹਾ ਜਾਂਦਾ ਕਿ ਅਸੀਂ ਤੁਹਾਨੂੰ ਸਿੱਖਿਆ ਦੇਣੀ ਹੈ ਪਰ ਜਦੋਂ ਇਹ ਸਾਰਾ ਕੁਝ ਕੱਢ ਕੇ ਲਏ ਜਾਂਦੇ ਨੇ ਉਦੋਂ ਬਹੁਤ ਦੁੱਖ ਹੁੰਦਾ ਹੈ ਇਹਨਾਂ ਨੂੰ ਮੁਅਤਲ ਕਰ ਦਿੱਤਾ ਹੈ ਉਧਰੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਜਿਲ੍ਹਾ ਫਿਰੋਜ਼ਪੁਰ ਵਿੱਚ ਤਾਇਨਾਤ ਸੀਨੀਅਰ ਸਹਾਇਕ ਲੇਖਾ ਜਿਹਦੇ ਕੋਲੇ ਬਲਾਕ ਤੇ ਪੰਚਾਇਤ ਅਫਸਰ ਦਾ ਚਾਰਜ ਹੈ ਗੁਰਮੀਤ ਸਿੰਘ ਪੰਚਾਇਤ ਸਕੱਤਰ ਪ੍ਰਿਤਪਾਲ ਸਿੰਘ ਨੂੰ ਇਹ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਮੁਤਲ ਕਰ ਦਿੱਤਾ ਹੈ ਉਹ ਕਹਿੰਦੇ ਕਿ ਪੰਜਾਬ ਸਿਵਲ ਸਭਾ ਮੇਮ ਜਿਲਦ 1 ਭਾਗ 1 ਨਿਜਮ 7.2 ਇਹਦੇ ਤਹਿਤ ਇਹਨਾਂ ਦਾ ਹੈੱਡਕੁਆਰਟਰ ਵੀ ਬਿਡੀਓ ਦਫਤਰ ਫਰੀਦਕੋਟ ਅਤੇ ਦੂਜੇ ਦਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਫਰੋਜ਼ਪੁਰ ਹੋਵੇਗਾ ਉਹ ਕਹਿੰਦੇ ਤਾਲੀਬਾਲ ਸਾਹਿਬ ਕੋਲੇ ਰਿਪੋਰਟ ਪਹੁੰਚੀ ਸੀ ਜਿਸ ਤਹਿਤ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਭ੍ਰਿਸ਼ਟਾਚਾਰ ਦਾ ਤੀਜਾ ਮਾਮਲਾ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਇੱਕ ਨੇੜੇ ਦਾ ਵਿਅਕਤੀ ਹੈ ਅੰਪਕਾ ਗਰੁੱਪ ਦਾ ਐਮ ਡੀ ਪ੍ਰਵੀਨ ਕੁਮਾਰ ਕਹਿੰਦੇ ਕਿ ਇਹਦੇ ਤੇ ਦੋਸ਼ ਹੈ ਇਹਨੇ ਨਜਾਇਜ਼ ਨਕਸ਼ੇ ਕਲੋਨੀਆਂ ਦੇ ਪਾਸ ਕਰਵਾਏ ਬਿਜ਼ੀਲੈਂਸ ਨੂੰ ਸ਼ਿਕਾਇਤ ਮਿਲੀ ਔਰ ਨਗਰ ਕੌਂਸਲ ਖਰੜ ਦੇ ਚੰਨੀ ਸਾਹਿਬ ਕਿਸੇ ਵੇਲੇ ਪ੍ਰਧਾਨ ਹੁੰਦੇ ਸੀ ਉਸ ਵੇਲੇ ਦੀਆਂ ਕੰਦੇ ਕਮੀਆਂ ਪਾਈਆਂ ਗਈਆਂ ਨੇ ਇਹਨੂੰ ਚੌਕਸੀ ਪੁਲਿਸ ਨੇ ਤੁਰੰਤ ਪ੍ਰਭਾਵ ਦੇ ਨਾਲ ਹਰਾਸਤ ਵਿੱਚ ਲੈ ਲਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਪਤਾ ਲੱਗਿਆ ਕਿ ਜਦੋਂ ਇਹਨੂੰ ਗ੍ਰਿਫਤਾਰਾ ਕਰਨ ਆਏ ਸੀ ਤਾਂ ਇਹ ਕਾਫੀ ਚੌਕਸੀ ਪੁਲਿਸ ਦੀਆਂ ਮਿੰਤਾ ਤਰਲੇ ਕੱਢਦਾ ਦੇਖਿਆ ਗਿਆ ਜੀ ਢਿਲੋ ਸਾਹ ਹੁਣ ਤਾਂ ਦਿੱਲੀ ਦੀ ਵੀ ਸੁਣ ਲਈ ਗਈ ਆ ਦਿੱਲੀ ਨੂੰ ਨਵਾਂ ਮੇਅਰ ਮਿਲ ਗਿਆ ਜੀ ਠੀਕ ਕਰ ਰਹੇ ਹਾਂ ਜਿਹੜੀ ਆਮ ਆਦਮੀ ਪਾਰਟੀ ਨੇ ਆਪਣੀ ਉਮੀਦਵਾਰ ਖੜੀ ਕੀਤੀ ਸ਼ੈਲੀ ਓਬਰਾਏ ਜੀ ਉਹਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਨੇ ਜੋ ਉਮੀਦਵਾਰ ਖੜੀ ਕੀਤੀ ਉਹਦਾ ਨਾਮ ਹੈ ਬੀਬੀ ਰੇਖਾ ਜੀ 150 ਵੋਟ ਸ਼ੈਲੀ ਉਭਰਾਏ ਨੂੰ ਮਿਲੇ ਅਤੇ 116 ਵੋਟ ਭਾਰਤੀ ਜਨਤਾ ਪਾਰਟੀ ਵੱਲੋਂ ਖੜੀ ਕੀਤੀ ਬੀਬੀ ਰੇਖਾ ਗੁਪਤਾ ਨੂੰ ਪਏ ਜੀ ਇਹਦਾ ਮਤਲਬ ਇਹ ਹੋਇਆ ਆਮ ਆਦਮੀ ਪਾਰਟੀ ਦੀ ਨੇਤਾ ਸ਼ੈਲੀ ਉਭਰਾਏ ਦੱਸਿਆ ਜਾਂਦਾ ਕਿ ਅਰਵੰਦ ਕੇਜਰੀਵਾਲ ਦੇ ਕਾਫੀ ਨੇੜੇ ਹੈ ਇਕ ਕੋ ਆਮ ਪਰਿਵਾਰ ਚੁਰੀ ਕਹਿੰਦੀਆਂ ਗੱਲਾਂ ਨੇ ਕਿ ਆਮ ਆਸੀ ਔਰ ਇਹ ਜਿਹੜੀ ਸ਼ੈਲੀ ਉਭराई ਬਣੀ ਹੈ ਇਹ ਤੋਂ ਇਹ ਸਾਬਤ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਵਾਲੇ ਆਮ ਆਦਮੀ ਦੇ ਕਾਉਂਸਲਰਾਂ ਚੋਂ ਕਿਸੇ ਨੂੰ ਤੋੜ ਨਾ ਸਕੇ ਇਹਨਾਂ ਦਾ ਫਾਰਮੂਲਾ ਸੂਤਰਾ ਆਇਆ ਪਹਿਲਾ ਤਿੰਨ ਨਗਰ ਨਿਗਮਾਂ ਹੁੰਦੀਆਂ ਸੀ ਦਿੱਲੀ ਦੇ ਵਿੱਚ ਉਹਨਾਂ ਨੂੰ ਤੋੜ ਕੇ ਇੱਕ ਦਾ ਫਾਰਮੂਲਾ ਬਣਾਇਆ ਕਿ ਅਸੀਂ ਇਸ ਤਰੀਕੇ ਨਾਲ ਜਿੱਤ ਜਾਵਾਂਗੇ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਡਿਵੈਲਪਮੈਂਟ ਤਾਂ ਨਗਰ ਨਿਗਮਾਂ ਰਾਹੀਂ ਆਉਂਦੀ ਹੈ ਭਾਜਪਾ ਨੂੰ ਲੱਗਦਾ ਸੀ ਕਿ ਅਸੀਂ ਇਹਨਾਂ ਤੇ ਕਾਬਜ ਹੋ ਕੇ ਵਿਕਾਸ ਵਾਲੇ ਕੰਮ ਆਪਣੇ ਕੋਲੇ ਲੈ ਲਾਂਗੇ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਕਈ ਵਾਰੀ ਬਹੁਤੇ ਸਿਆਣਾਂ ਸਿਆਣੇ ਬੰਦੇ ਵੀ ਸਾਨੂੰ ਪਤਾ ਹੀ ਹੈ ਕਿ ਜਾਨਵਰਾਂ ਚ ਬਹੁਤਾ ਸਿਆਣਾ ਵਾ ਕੌਣ ਹੈ ਤੇ ਉਹ ਕਿੱਧਰ ਨੂੰ ਜਾਂਦਾ ਹੈ ਉਹ ਚੱਲੀ ਨਹੀਂ ਮਨੀਸ਼ ਸੋਧਿਆ ਉੱਥੋਂ ਦੇ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਦਿੱਲੀ ਵਾਲਿਆਂ ਦਾ ਧੰਨਵਾਦ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਗੁੰਡਾ ਤੰਤਰ ਹਾਰ ਗਿਆ ਭਾਵੇਂ ਖੁਦ ਉਹ ਸੀਬੀਆਈ ਦੇ ਜਾਂਚ ਵਿਛਾਲੇ ਤੁਰੇ ਫਿਰਦੇ ਐ ਪਰ ਇਹਦੇ باوجود ਉਥੇ ਨਵਾਂ ਮੇਅਰ ਮਿਲ ਗਿਆ ਔਰ ਸ਼ਿਸ਼ੂਧ리아 ਸਾਹਿਬ ਨੇ ਕਿਹਾ ਕਿ ਲੋਕਾਂ ਦੀ ਜਿੱਤ ਗੁੰਡਾਤੰਤਰ ਦੀ ਹਾਰ ਭਾ ਪਾਰ티 ਜਨਤਾ ਪਾਰਟੀ ਨੇ ਜੋ ਗੁੰਡਾਗਰਦੀ ਇਸ ਕੁਰਸੀ ਨੂੰ ਹਥਿਆਉਣ ਵਾਸਤੇ ਕੀਤੀ ਸੀ ਉਹ ਅੱਜ ਫੇਲ ਹੋ ਚੁੱਕੀ ਹੈ ਦਿੱਲੀ ਨੂੰ ਹੁਣ ਨਵਾਂ ਮੇਅਰ ਇਸ ਤੋਂ ਬਾਅਦ ਨੋਮੀਨੇਟ ਮੈਂਬਰ ਸੀਨੀਅਰ ਉਪਮੇਅਰ ਤੇ ਉਪਮੇਅਰ ਦੀ ਚੋਣ ਕਰਾਈ ਜਾਏਗੀ ਆਮ ਆਦਮੀ ਪਾਰਟੀ ਦੇ ਸਾਰਿਆਂ ਨੇ ਇਸ ਜਿੱਤ ਦੇ ਉੱਤੇ ਕੇਜਰੀਵਾਲ ਤੇ ਸ਼ਿਸ਼ੋਧਿਆ ਦੀ ਟੀਮ ਨੂੰ ਵਧਾਈ ਦਿੱਤੀ ਹੈ ਰਵਣੀ ਦੇ ਬਿੱਟੂ ਨੇ ਜਿਵੇਂ ਅਮਰਿਤਪਾਲ ਸਿੰਘ ਤੇ ਸ਼ਬਦੀ ਤਿੱਖੇ ਹਮਲੇ ਕੀਤੇ ਨੇ ਜੀ ਦੇਖੋ ਪੰਜਾਬ ਦਾ ਇੱਕ ਵੱਖਰੇ ਕਿਸਮ ਦਾ ਮਾਹੌਲ ਹੈ 88 ਲੋਕ ਆਪ ਦਾ 40-40 ਗਨਮੈਨਾਂ ਦੇ ਵਿੱਚ ਤੁਰੇ ਫਿਰਦੇ ਆ ਆਮ ਲੋਕ ਇੱਥੇ ਪਿਸ ਰਹੇ ਨੇ ਅਸਲੀ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਮਹਿੰਗਾਈ ਵੱਲ ਕੋਈ ਧਿਆਨ ਨਹੀਂ ਵੱਧ ਰਹੀ ਬੇਰੁਜ਼ਗਾਰੀ ਵੱਲ ਕੋਈ ਧਿਆਨ ਨਹੀਂ ਪੰਜਾਬ ਦਾ ਅਰਬਾਂ ਖਰਬਾ ਰੁਪਇਆ ਵਿਦੇਸ਼ੀ ਬੈਂਕਾਂ ਨੂੰ ਜਾ ਰਿਹਾ ਹੈ ਨੌਜਵਾਨਤਾ ਨੂੰ ਠੱਲਣ ਵਾਸਤੇ ਇਹਨਾਂ ਕੋਲ ਕੁਝ ਨਹੀਂ ਇਹ ਉਹੀ ਤਮੱਚੜ ਪਾਉਂਦੇ ਨੇ ਜਿਹੜਾ ਤਮੱਚੜ ਇਹਨਾਂ ਨੇ ਖੜਕੂ ਬਾਅਦ ਜਾਂ ਉਸ ਤੋਂ ਬਾਅਦ ਪਾਇਆ ਕਿਹਾ ਗਿਆ ਸੀ ਕਿ ਅਸੀਂ ਖੜਕੂ ਬਾਅਦੇ ਸਫੈਦ ਪੁੱਤਰ ਲਿਆਵਾਂਗੇ ਉਹਨਾਂ ਦੀ ਵੀ ਸਰਕਾਰ ਬਣੀ ਕੱਖ ਨਹੀਂ ਕੀਤਾ ਤੇ ਅੱਜ ਵੀ ਪੰਜਾਬ ਦਾ ਨੌਜਵਾਨ ਆਪਣੇ ਭਵਿੱਖ ਦੀ ਆਸ ਵਿੱਚ ਲਗਾਤਾਰ ਵਿਦੇਸ਼ਾਂ ਵੱਲ ਨੂੰ ਭੱਜ ਰਿਹਾ ਵੱਖਰੀ ਗੱਲ ਹੈ ਕਿ ਇੱਥੋਂ ਵਾਲਾ ਮਾਹੌਲ ਇਹਨਾਂ ਨੇ ਉੱਥੇ ਵੀ ਲੈ ਗਏ ਮਾਨ ਸਾਹਿਬ ਚੋਣਾ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜਿਹੜੇ ਲੋਕ ਵਿਦੇਸ਼ਾਂ ਵਿੱਚ ਚਲੇ ਗਏ ਉਹਨਾਂ ਨੂੰ ਅਸੀਂ ਬਾਪਸ ਇੱਥੇ ਲੈ ਕੇ ਆਵਾਂਗੇ ਉਲਟੇ ਅੰਗਰੇਜ਼ ਇੱਥੇ ਕੰਮ ਕਰਨ ਆਇਆ ਕਰਨਗੇ ਅੰਗਰੇਜ਼ ਤਾਂ ਨਹੀਂ ਆਏ ਪਰ ਦਿੱਲੀ ਨੂੰ ਰਾਜ ਕਰਨ ਵਾਸਤੇ ਕਈ ਆ ਗਏ ਜਿਹੜੇ ਇਹਨਾਂ ਤੋਂ ਵੀ ਸੁਪਰ ਬਣੇ ਹੋਏ ਨੇ ਸੋ ਜਿਹੜੀਆਂ ਚੋਬਾ ਇੱਕ ਦੂਜੇ ਨੂੰ ਲਾਉਂਦੇ ਨੇ ਇਹ ਰਵਨੀਤ ਬਿੱਟੂ ਨੇ ਭਾਈ ਅਮਰਤਪਾਲ ਤੇ ਤੰਜ ਕਸਤੇ ਅਮਰਤਪਾਲ ਦਾ ਗਰੁੱਪ ਇਹਨਾਂ ਤੇ ਕਸ ਦਿੰਦਾ ਹੈ ਤੇ ਜਦੋਂ ਵੀ ਹੋਣਾ ਨੁਕਸਾਨ ਪੰਜਾਬ ਦਾ ਹੋਣਾ ਹੈ ਇਹਨਾਂ ਰਾਸੀ ਆਗੂਆਂ ਨੇ ਪਿਛਲੇ ਡੇਢ ਦਹਾਕੇ ਦਾ ਕੋਈ ਸਬਕ ਨਹੀਂ ਸਿੱਖਿਆ ਜੇ ਮਾਮਾ ਦੇ ਪੁੱਤ ਮਰੇ ਉਹ ਕਿਸੇ ਇੱਕ ਫਿਰਕੇ ਦੇ ਨਹੀਂ ਸੀ ਇੱਕ ਧਰਮ ਦੇ ਨਹੀਂ ਸੀ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਸੀ ਪਰ ਸੀਤਾ ਪੰਜਾਬੀ ਇਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ ਤੇ ਅੱਜ ਵੀ ਇਹ ਉਹ ਜਿਵੇਂ ਦੰਦ ਨਾਉਂਦੇ ਤਰੇ ਫਿਰਦੇ ਆ ਉਹ ਪੰਜਾਬ ਦੇ ਸਿਆਸਤਦਾਨੋ ਪੰਜਾਬ ਨੂੰ ਬਖਸ਼ ਦਿਓ ਪੰਜਾਬ ਨੂੰ ਪੰਜਾਬ ਰਹਿਣ ਦਿਓ ਨਾ ਇਹ ਕੈਲੀਫੋਰਨੀਆ ਬੰਨਾ ਚਾਹੁੰਦਾ ਹੈ ਨਾ ਇੱਥੇ ਕੋਈ ਗੁਜਰਾਤ ਮਾਡਲ ਦਿੱਲੀ ਮਾਡਲ ਜਾ ਕੋਈ ਹੋਰ ਮਾਡਲ ਉਹ ਨਹੀਂ ਚਾਹੁੰਦਾ ਇਹ ਚਾਹੁੰਦਾ ਹੈ ਪੰਜਾਬ ਨੂੰ ਪੰਜਾਬ ਰੱਖਣਾ ਔਰ ਇੱਥੇ ਇੰਨੇ ਸਮੇਂ ਦੇ ਦੌਰਾਨ ਦਾਅਵੇ ਤੁਹਾਡੇ ਬਹੁਤ ਨੇ ਦੁਕਾਨਾਂ ਬਹੁਤ ਖੋਲਤੀਆਂ ਸਿੱਖਿਆ ਦੇ ਰੂਪ ਵਿੱਚ ਜਾਂ ਸਿਹਤ ਦੇ ਰੂਪ ਵਿੱਚ ਜਿਨ੍ਹਾਂ ਦੇ ਪਾਸੇ ਲੰਘਣ ਤੋਂ ਵੀ ਜੇਬਾਂ ਕੱਟੀਆਂ ਜਾਂਦੀਆਂ ਨੇ ਕੋਈ ਕਹਿੰਦਾ ਮੈਂ ਉਨਤਗ੍ਰਾਮ ਬਣਾਉਣੇ ਕੋਈ ਕਹਿੰਦਾ ਫੋਕਲ ਪੁਆਇੰਟ ਲਿਆਉਣੇ ਨੇ ਕੋਈ ਕਹਿੰਦਾ ਆਦਰੇ ਸਕੂਲ ਬਣਾਉਣਾ ਹੈ ਕੋਈ ਕਹਿੰਦਾ ਮੈਰੀਟੋਰੀਅ ਸਕੂਲ ਬਣਾਉਣਾ ਹੈ ਤੇ ਉਹ ਨਵੇਂ ਆ ਗਏ ਕਹਿੰਦੇ ਐਮੀਨੈਂਸ ਸਕੂਲ ਆਫ ਐਮੀਨੈਂਸ ਇਸੇ ਤਰ੍ਹਾਂ ਸਿਹਤ ਕੇਂਦਰਾਂ ਦਾ ਹਾਲ ਹੈ ਹਰ ਰੋਜ਼ ਜਾਣਕਾਰੀਆਂ ਆ ਰਹੀਆਂ ਨੇ ਫਲਾਣੇ ਥਾਂ ਤੇ ਦਵਾਈ ਦੀ ਡਿਸਪੈਂਸਰੀ ਖਤਮ ਹੋ ਗਈ ਆ ਹੋ ਗਿਆ ਉਹ ਹੋ ਗਿਆ ਇਕਾਇਦੀ ਫੋਟੋ ਲਾ ਲੈਂਦਾ ਐਂਬੂਲੈਂਸ ਤੇ ਦੂਜਾ ਇੱਕ ਕਮਰੇ ਤੇ ਲਾ ਕੇ ਆਮ ਆਦਮੀ ਕਲੀਨਿਕ ਤੇ ਜਿਹੜੇ ਪ੍ਰਾਣੇ ਰਾਜਾ ਮਹਾਰਾਜਾਂ ਮੇਲ ਤੋਂ ਚਲਦੇ ਹਸਪਤਾਲ ਨੇ ਉਹਨਾਂ ਦਾ ਇਹਨਾਂ ਨੇ ਬਿੜਾਗਰ ਕਰਤਾ ਇਹ ਹਵਾਲਾ ਮਿਲਿਆ ਹੁਣ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਉਹ ਇਸ ਮਾਮਲੇ 'ਚ ਮਿਹਨਤ ਕਰ ਰਹੇ ਨੇ ਕਿ ਇਹਨਾਂ ਦੀ ਦਸ਼ਾ ਸੁਧਾਰਨੀ ਹੈ ਜੇ ਕੋਈ ਬੰਦਾ ਸੱਚੇ ਦਿਲੋਂ ਮਿਹਨਤ ਕਰਦਾ ਸੀ ਉਹਦੇ ਨਾਲ ਹੈ ਔਰ ਉਮੀਦ ਕਰਾਂਗੇ ਕਿ ਅਗਲੇ ਸਮੇਂ ਦੇ ਵਿੱਚ ਇਹਨਾਂ ਦੀ ਦਸ਼ਾ ਸੁਧਰੇ ਪੰਜਾਬੀਆਂ ਨੂੰ ਕੋਈ ਸਹੂਲਤ ਉਪਲਬਧ ਬਣੇ सुधीर सुधी सूरी ਦੇ ਪਰਿਵਾਰ ਵੱਲੋਂ ਜੀ ਰਾਜਪਾਲ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਜੀ ਜਿਹਦੇ ਵਿੱਚ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਹੈ ਤੇ ਐਸਆਈਟੀ ਬਣਾਉਣ ਦੀ ਵੀ ਗੱਲ ਕੀਤੀ ਹੈ ਉਹਨਾਂ ਵੱਲੋਂ ਜੀ ਤੁਹਾਨੂੰ ਯਾਦ ਹੈ ਨਵੰਬਰ ਦੇ ਮਹੀਨੇ ਵਿੱਚ ਅਮਰਸਰ ਦੇ ਵਿੱਚ ਸੁਧੀਰ ਸੂਰੀ ਦਾ ਕਤਲ ਹੋਇਆ ਸੀ ਪੁਲਿਸ ਉਸ ਵਿਅਕਤੀ ਨੂੰ ਮੌਕੇ ਤੇ ਹੀ ਫੜ ਲਿਆ ਸੀ ਔਰ ਉਹ ਤੋਂ ਬਾਅਦ ਜਾਂਚ ਕਿਉਂਕਿ ਬੰਦਾ ਤਾਂ ਮੌਕੇ ਤੇ ਫੜ ਲਿਆ ਜੀ ਸੋ ਦੀਰ ਸੂਰੀ ਨੂੰ ਇਹ ਪਤਾ ਹੋਣਾ ਚਾਹੀਦਾ ਜਿਨੇ ਉਹਦੇ ਉੱਤੇ ਗੋਲੀ ਚਲਾਈ ਉਹਨੂੰ ਤੁਰੰਤ ਪੱਧਰ ਤੇ ਫੜ ਲਿਆ ਗਿਆ ਤੇ ਹੋਰ ਕਿਸੇ ਜਾਣੇ ਜੇ ਉਹ ਮੌਕੇ ਤੇ ਫੜਿਆ ਨਾ ਜਾਂਦਾ ਫਿਰ ਤਾਂ ਇਹ ਗੱਲ ਹੁੰਦੀ ਕਿ ਕੋਈ ਬੰਦੇ ਹੋਰ ਵੀ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਫੜਿਆ ਨਹੀਂ ਜਾ ਰਿਹਾ ਪਰ ਜੇ ਉਹ ਤੁਰੰਤ ਮੌਕੇ ਤੇ ਫੜ ਲਿਆ ਫਿਰ ਵੀ ਉਹ ਕਹਿੰਦੇ ਸੈੱਟ ਬਣਾ ਕੇ ਇਹਦੀ ਜਾਂਚ ਕਰੋ ਉਹ ਵੀ ਰਾਜਪਾਲ ਸਾਹਿਬ ਕੋਲੇ ਜਾ ਪਹੁੰਚੇ ਨੇ ਇਹ ਵਿਸ਼ੇਸ਼ ਜਾਂਚ ਟੀਮ ਬਣਵਾਓ ਇਹਦੀ ਜਾਂਚ ਕੀਤੀ ਜਾਵੇ ਸੁਧੀਰ ਸੂਰੀ ਦੇ ਪਰਿਵਾਰ ਨੇ ਰਾਜਪਾਲ ਸਾਹਿਬ ਤੋਂ ਰਾਜਪਾਲ ਸਾਹਿਬ ਅੱਗੇ ਕੀ ਆਦੇਸ਼ ਦਿੰਦੇ ਨੇ ਇਹ ਅਗਲਾ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਉਹਦਾ ਜਿਹੜਾ ਜਿਹਨੇ ਉਹਦੇ ਤੇ ਹਮਲਾ ਕੀਤਾ ਸੀ ਉਹ ਤਾਂ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਪੰਜਾਬ ਅਤੇ ਹਰਿਆਣਾ ਦੇ ਡੀਜੀਪੀ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਤੇ ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਕੇਸਾਂ ਦੇ ਵਿੱਚ ਤੇਜ਼ੀ ਲਾਈ ਜਾਵੇ ਜੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਸੀਨੀਅਰ ਜੱਜ ਸਬਰੀ ਮਸੀਹ ਸਾਹਿਬ ਜਸਟਿਸ ਮਸੀਹ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਦੋਨਾਂ ਦੇ ਡੀਜੀਪੀ ਡਾਇਰੈਕਟਰ ਜਨਰਲ ਆ ਪੁਲਿਸ ਨੂੰ ਆਦੇਸ਼ ਦਿੱਤੇ ਸੀ ਕਿ ਤੁਸੀਂ ਅਦਾਲਤ ਵਿੱਚ ਆ ਕੇ ਪੇਸ਼ ਹੋਵੋ ਅਦਾਲਤ ਨੇ ਬੜੇ ਸਿੱਧੇ ਹੁਕਮ ਦਿੱਤੇ ਨੇ ਉਹ ਕਹਿੰਦੇ ਕਿ ਜਿਹੜੇ ਜਿਹੜੇ ਕੇਸ ਚੱਲ ਰਹੇ ਨੇ ਜਾਂਚ ਵਿੱਚ ਉਹਨਾਂ ਨੂੰ ਜਲਦੀ ਮੁਕੰਮਲ ਕਰਕੇ ਇੱਥੇ ਲਿਆਂਦਾ ਜਾਵੇ ਔਰ ਇੱਕ ਜਿਨ੍ਹਾਂ ਦੇ ਅਜੇ ਤੱਕ ਚਲਾਨ ਨਹੀਂ ਪੇਸ਼ ਹੋਏ ਉਹ ਚਲਾਨ ਪੇਸ਼ ਕੀਤੇ ਜਾਣ ਇੱਕ ਹੋਰ ਬਹੁਤ ਉੱਚ ਪੱਧਰੀ ਗੱਲ ਕਹਿਤੀ ਹੈ ਮਾਨਯੋਗ ਜੱਜ ਸਾਹਿਬ ਨੇ ਉਹ ਕਹਿੰਦੇ ਕਿ ਜਾਂਚ ਦੌਰਾਨ ਜੇ ਲੱਗਦਾ ਕਿ ਇਹ ਕੇਸ ਐਵੇਂ ਹੀ ਆ ਇਹਦੇ ਵਿੱਚ ਕੁਛ ਹੈ ਨਹੀਂ ਤਾਂ ਉਹਨਾਂ ਨੂੰ ਜਾਂਚ ਉਹਦੀ ਬੰਦ ਕਰ ਦਿੱਤੀ ਜਾਵੇ ਤਾਂ ਜੋ ਤੁਹਾਡਾ ਸਮਾਪਤੇ ਅਦਾਲਤਾਂ ਦਾ ਸਮਾਂ ਬਰਬਾਦ ਨਾ ਹੋਵੇ ਦੋਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਜਲਦ ਆਪ ਦੇ ਉਦੇਸ਼ਾਂ ਦੇ ਉੱਤੇ ਗੌਰ ਫਰਮਾ ਕੇ ਇਹਨਾਂ ਨੂੰ ਮੁਕੰਮਲ ਕਰਾਂਗੇ ਮਾਨਯੋਗ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਅਗਲੀ ਪੇਸ਼ੀ ਹੈ 19 April ਦੀ ਪਾ ਦਿੱਤੀ ਹੈ। ਉਹਨਾਂ ਚੰਡੀਗੜ੍ਹ ਕੇਂਦਰ CBI ਦੇ ਵਕੀਲਾਂ ਤੋਂ ਵੀ ਜਾਣਕਾਰੀ ਮੰਗੀ ਹੈ ਕਿ ਤੁਸੀਂ ਵੀ ਦੱਸੋ ਤੁਹਾਡੇ ਕੋਲ ਕਿਹੜੇ-ਕਿਹੜੇ ਕੇਸ ਪੈਂਡਿੰਗ ਨੇ ਲੰਬਤ ਨੇ। ਜੇ ਇਸ ਤਰੀਕੇ ਨਾਲ ਮਾਨਯੋਗ ਅਦਾਲਤਾਂ ਫਿਕਰ ਕਰਦੀਆਂ ਨੇ ਇਹ ਸ਼ੁਭਸੱਗਣ ਹੈ। ਔਰੇ ਜਿਹੜੀ ਮਸ਼ੀਨਰੀ ਹੈ ਭਾਵੇਂ ਪੰਜਾਬ ਦੀ ਆ ਭਾਵੇਂ ਹਰਿਆਣੇ ਦੀ ਆ ਕਿਸੇ ਵੀ ਵਿਭਾਗ ਦੀ ਆ ਇਹ ਥੋੜਾ ਜਾ ਤੇਲ ਤੂਲ ਲਾ ਕੇ ਆਪਣੇ ਆਪ ਨੂੰ ਰੈਲਾ ਕਰਕੇ ਅੱਗੇ ਕੰਮ ਕਰਨ ਦਾ ਯਤਨ ਕਰਨਗੇ ਢੀਲੋ ਸਾਹਿਬ ਚੰਡੀਗੜ੍ਹੋਂ ਜਲਦੀ ਨਵਾਂ ਐਸਐਸਪੀ ਮਿਲ ਸਕਦਾ ਹੈ ਜੀ ਦੇਖੋ ਜੀ ਪਿਛਲੇ ਸਮੇਂ ਦੌਰਾਨ ਰਾਜਪਾਲ ਸਾਹਿਬ ਨੇ ਆਦੇਸ਼ ਦਿੱਤੇ ਸੀ ਕਿ ਚੰਡੀਗੜ੍ਹ ਦੇ ਐਸਐਸਪੀ ਨੂੰ ਬਦਲ ਦਿੱਤਾ ਜਾਵੇ ਕੁਲਦੀਪ ਚਾਹਲ ਨੂੰ ਉਹਨਾਂ ਨੇ ਕੀ ਬਦਲ ਦਿਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਰੁਤਬਾ ਵਧਾ ਕੇ ਡੀਆਈਜੀ ਬਣਾ ਕੇ ਕੁਲਦੀਪ ਸਿੰਘ ਚਾਹਲੂ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਤਾ ਜਿੱਥੇ 26 ਜਨਵਰੀ ਨੂੰ ਮਾਨਯੋਗ ਰਾਜਪਾਲ ਸਾਹਿਬ ਨੇ ਰਾਸ਼ਟਰੀ ਝੰਡਾ ਲਹਿਰਾਇਆ ਹੁਣ ਤੱਕ ਜਿਹੜੀ ਐਸਐਸਪੀ ਟ੍ਰੈਫਿਕ ਨੇ ਚੰਡੀਗੜ੍ਹ ਦੇ ਮਨੀਸ਼ਾ ਚੌਧਰੀ ਉਹਨਾਂ ਕੋਲ ਐਡੀਸ਼ਨਲ ਚਾਰਜ ਹੈ ਉਹ ਕਾਰਜਵਾਹਕ ਐਸਐਸਪੀ ਨੇ ਸੋ ਅਗਲੇ ਦਿਨਾਂ ਦੇ ਵਿੱਚ ਤਿੰਨ ਮੈਂਬਰੀ ਬਫਰ ਜਾਵੇਗਾ ਪਿੱਛੇ ਗਿਆ ਵੀ ਸੀ ਉਹਦੇ ਵਿੱਚੋਂ ਮਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੂੰ ਚੁਣ ਲਿਆ ਗਿਆ ਸੀ ਪਤਾ ਨਹੀਂ ਉਹਨਾਂ ਨੇ ਚਾਰਜ ਕਿਉਂ ਨਹੀਂ ਸੰਭਾਲਿਆ ਸੋ ਇਸ ਮਾਮਲੇ ਦੇ ਵਿੱਚ ਜਾਂ ਤਾਂ ਹੁਣ ਤਿੰਨ ਆਈਪੀਐਸ ਅਫਸਰਾਂ ਦੇ ਪੰਜਾਬ ਵੱਲੋਂ ਹੋਰ ਨਾ ਜਾਣ ਜਿਹੜੇ ਲੋਕ ਉੱਥੇ ਜਾ ਸਕਣ ਡਾਕਟਰ ਸੰਦੀਪ ਗਰਗ ਨੇ ਕਿਉਂ ਨਹੀਂ ਚੁਣਿਆ ਇਹ ਸਾਰੇ ਨੂੰ ਪਤਾ ਹੈ ਪਤਾ ਲੱਗਿਆ ਕਿ ਕਮਰਦੀਪ ਕੌਰ ਇੱਕ ਆਈਪੀਐਸ ਅਧਿਕਾਰੀ ਨੇ ਉਹਨਾਂ ਦਾ ਨਾਮ ਵੀ ਉਹਦੇ ਚ ਪਾ ਦਿੱਤਾ ਗਿਆ ਜਿਹੜੇ ਹੋਰ ਪਤਾ ਲੱਗਿਆ ਕਿ ਤਿੰਨ ਨਾਮ ਪਹਿਲਾਂ ਭੇਜੇ ਸੀ ਉਹ ਦਾ ਡਾਕਟਰ ਭਗੀ ਰਥਮੀਨਾ ਅਖਲ ਚੌਧਰੀ ਡਾਕਟਰ ਸੰਦੀਪ ਗਰਗ ਸੀ ਡਾਕਟਰ ਚੌਧਰੀ ਦੇ ਨਾਮ ਤੇ ਕੁਝ ਇਤਰਾਜ਼ ਹੋਣ ਤੋਂ ਬਾਅਦ ਡਿਊਟੀ ਚੰਡੀਗੜ੍ਹ ਨੂੰ ਪੰਜਾਬ ਸਰਕਾਰ ਨੂੰ ਉਹਨਾਂ ਦਾ ਨਾਂ ਬਦਲਨ ਨੂੰ ਕਿਹਾ ਸੀ ਜਿਹਦੀ ਥਾਂ ਤੇ ਇਹਨਾਂ ਨੇ ਕਮਰਦੀਪ ਕੌਰ ਨੂੰ ਪਾਤਾ ਲੰਬੇ ਸਮੇਂ ਤੋਂ ਇਹ ਖਾਲੀ ਪਿਆ ਹੈ ਮਹੱਤਵਪੂਰਨ ਅਹੁਦਾ ਹੈ ਤੇ ਮਹੱਤਵਪੂਰਨ ਸ਼ਹਿਰ ਹੈ ਇਸ ਕਰਕੇ ਇਹਨੂੰ ਤੁਰੰਤ ਭਰਿਆ ਜਾਵੇ ਇਹਦੇ ਵਿੱਚ ਹੁਣ ਕੀ ਅੱਗੇ ਫੈਸਲਾ ਹੁੰਦਾ ਹੈ ਉਹ ਤਾਂ ਸਮਾਂ ਦੱਸੇਗਾ ਕਿ ਇਹ ਸਭ ਪ੍ਰਾਈਵੇਟ ਬੱਸਾਂ ਦੀ ਵੀ ਗੱਲ ਸੁਣੀ ਜਾਵੇ ਆਧੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵਿੱਚ ਮੁਫਤ ਸਫਰ ਕਰਕੇ ਔਰਤਾਂ ਦੇ ਪ੍ਰਾਈਵੇਟ ਬੱਸਾਂ ਦਾ ਜਿਹੜਾ ਪ੍ਰਾ ਕਾਰੋਬਾਰ ਹੈ ਉਹ ਘੜਾ ਘਾਟੇ ਜਾ ਰਿਹਾ ਜੀ ਇਹ ਗੱਲ ਬਿਲਕੁਲ درست ਹੈ ਕੁਝ ਸਿਆਸਤਦਾਨ ਹੁੰਦੇ ਨੇ ਜਿਹੜੇ ਆਪਾ ਵਾਰ ਕੇ ਘਰ ਵਾਰ ਕੇ ਦੂਜਿਆਂ ਲਈ ਕੁਝ ਕਰਨ ਦਾ ਯਤਨ ਕਰਦੇ ਨੇ ਪਰ 1996 ਤੋਂ ਬਾਅਦ ਇੱਕ ਮੁਖਤ ਖੋਰੀ ਦੀ ਸਿਆਸਤਰੇ ਪੰਜਾਬ ਦਾ ਬੇੜਾਗਰ ਕਰਤਾ ਇੱਕ ਕਹਿੰਦਾ ਮੈਂ ਆ ਕਰਤਾ ਦੂਜਾ ਕਹਦਾ ਕਰਤਾ ਕਰਤਾ ਕੋਰੀ ਮਤੇ ਤੋਂ ਵੱਧੀ ਕਰੂੰਗਾ ਤੀਜਾ ਹੋਰ ਕਹਿੰਦਾ ਇਹ ਜਿਹੜਾ ਪੰਜਾਬ ਖੜਕੂ ਬਾਦ ਤੋਂ ਪਹਿਲਾਂ ਨੰਬਰ 1 ਤੇ ਸੀ ਇੱਥੇ ਰਾਤਰੀ ਬਸਾਂ ਵੀ ਚਲਦੀਆਂ ਸੀ अपराधक ਪੱਖੋਂ ਵੀ ਕੋਈ ਬਹੁਤ ਹੀ ਵੱਡੀਆਂ ਗੱਲਾਂ ਨਹੀਂ ਸੀ ਕਈ ਸ਼ਹਿਰਾਂ ਬਾਰੇ ਜਦੋਂ ਸੁਣੀਦਾ ਰੂਹਾਂ ਕੰਬਦੀਆਂ ਨੇ ਕਿ ਆਹ ਕੁਝ ਵੀ ਹੋ ਰਿਹਾ ਹੈ ਕੱਲ ਪਰਸੋਂ ਮੈਂ ਕੁਝ ਸਾਡੇ ਪੱਤਰਕਾਰ ਭਰਾਵਾਂ ਨੂੰ ਬਠਿੰਡੇ ਬਾਰੇ ਸੁਣ ਰਿਹਾ ਸੀ ਕਿ ਉੱਥੇ ਕਿਵੇਂ ਤੰਡ ਮਨਾਚ ਨੰਗਾ ਨਾਚ ਹੁੰਦਾ ਹੈ ਲੋਕ ਉਸ ਰਸਤੇ ਤੋਂ ਲੰਘਦੇ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਹਿਲਾਂ ਔਰਤਾਂ ਦਾ 50% ਕਰਾਇਆ ਕੀਤਾ ਫਿਰ 100% ਮਾਫ ਕਰਤਾ ਇਹਦਾ ਅਸਰ ਕੀ ਹੋਇਆ ਪਹਿਲਾਂ ਆਮ ਤੌਰ ਤੇ ਮਰਦਾਂ ਔਰਤਾਂ ਵੰਡ ਕੇ ਚੜ ਜਾਂਦੇ ਸੀ ਜਿੱਦਣ ਤੋਂ ਇਹ ਫੈਸਲਾ ਆਇਆ ਜਿਹੜਾ ਮਰਦ ਬੰਦਾ ਹੈ ਉਹ ਵੀ ਔਰਤ ਦੇ ਨਾਲ ਸਰਕਾਰੀ ਬਾਤ ਚ ਬਹਿੰਦਾ ਵੀ ਚਲੋ ਇੱਕ ਤਾਂ ਜਿਹੜੀ ਉਹ ਤਾਂ ਫਰੀ ਹੈ ਨਾ ਉਹ ਤਾਂ ਮੁਖਤ ਹੈ ਇਹ ਗੱਲ ਦੇਖਣ ਨੂੰ ਆਈ ਹੈ ਤੇ ਦੂਜਾ ਨਿੱਜੀ ਵਸ ਕਾਰੋਬਾਰ ਵਾਲੇ ਉਹ ਕਹਿੰਦੇ ਕਿ 30ਵੀਂ ਸਦੀ ਦੇ ਕਰੀਬ ਪ੍ਰਾਈਵੇਟ ਵਸਾਂ ਨੂੰ ਲੋਕਾਂ ਨੇ ਸੜਕਾਂ ਤੋਂ ਹਟਾ ਲਿਆ ਤੇ ਬਾਕੀ ਰਹਿੰਦੇ ਹਟਾਉਣ ਲਈ ਤਿਆਰ ਨੇ ਉਹ ਕਹਿੰਦੇ ਕਿ ਕਰੀਬ 40% ਔਰਤ ਸਵਾਰੀਆਂ ਪ੍ਰਾਈਵੇਟ ਬੱਸਾਂ ਤੋਂ ਦੂਰ ਹੋ ਗਈਆਂ ਔਰ ਪਿਛਲੇ 3 ਸਾਲਾਂ ਤੋਂ ਬੱਸਾਂ ਦੇ ਕਿਰਾਏ ਵਿੱਚ ਕੋਈ ਵਾਧਾ ਨਹੀਂ ਹੋਇਆ ਡੀਜ਼ਲ ਦੀ ਕੀਮਤ 30 ਰੁਪਏ ਵਧ ਗਈ ਇਹਨਾਂ 3 ਸਾਲਾਂ 'ਚ 1 ਰੁਪਿਆ ਤਾਂ ਹੁਣੇ ਭਗਵੰਤ ਮਾਨ ਦੀ ਸਰਕਾਰ ਨੇ ਵਧਾਇਆ ਸੈਸ ਲਾਇਆ ਹੈ ਉਹ ਕਹਿੰਦੇ ਅਸੀਂ ਬੰਦ ਕਰਕੇ ਤੁਹਾਡੇ ਕੋਲ ਖੜਾ ਦਿੰਨੇ ਆ ਨਿੱਜੀ ਬੱਸਾਂ ਵਾਲਿਆਂ ਨੇ ਆਪਣੇ ਦੁੱਖੜੇ ਰੋਏ ਨੇ ਕਿ ਕਿਵੇਂ ਉਹਨਾਂ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਨਹੀਂ ਤਾਂ ਜਿਹੜੀਆਂ ਇਹ ਬੱਸਾਂ ਦਾ ਇਸੇ ਤਰ੍ਹਾਂ ਦਾ ਹਾਲ ਰਿਹਾ ਤਾਂ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਆਪਣੀਆਂ ਰਹਿਦੀਆਂ ਬੱਸਾਂ ਵੀ ਸੜਕਾਂ ਤੋਂ ਉਤਾਰਨੀਆਂ ਪੈਣਗੀਆਂ ਮਨੀਸ਼ ਸ਼ੋਧਿਆ ਖਿਲਾਫ ਸੀਬੀਆਈ ਨੂੰ ਜਾਂਚ ਦੇ ਹੁਕਮ ਮਿਲ ਗਏ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਪਿੱਛੇ ਫੀਡਬੈਕ ਯੂਨਿਟ ਕਾਇਮ ਕੀਤਾ ਸੀ ਜਿਹਦਾ ਕੰਮ ਨਿਤਾਮਾਂ ਤੇ ਨજર ਰੱਖਣਾ ਸੀ 17 ਫਰਵਰੀ ਨੂੰ ਗ੍ਰਹਿ ਮੰਤਰਾਲੇ ਨੇ ਸੀਬੀਆਈ ਨੂੰ ਕਥਿਤ ਜਸੂਸੀ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਧਿਆ ਖਿਲਾਫ ਮਕਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਸੀ ਉਹਨਾਂ ਨੂੰ ਪਿਛਲੇ ਦਿਨ ਬੁਲਾਇਆ ਗਿਆ ਸੀ ਮਨੀਸ਼ ਸੋਰੀਆ ਨੇ ਕਿਹਾ ਕਿ ਵਿੱਤਮਾ ਪਹਾ ਗਈ ਮੇਰੇ ਕੋਲ ਆ ਮੈਂ ਬਜਟ ਬਣਾ ਰਿਹਾ ਮੈਨੂੰ ਕੋਈ ਹੋਰ ਟਾਈਮ ਦੇ ਦਿਓ ਉਹਨਾਂ ਨੂੰ ਹੁਣ 26 ਤਰੀਕ ਨੂੰ ਬੁਲਾਇਆ ਗਿਆ ਜਾਂਚ ਏਜੰਸੀ ਸੀਬੀਆਈ ਵੱਲੋਂ ਐਫ ਵੀ ਯੂ ਲਈ ਸੇਵਾ ਖਰਚੇ ਵਜੋਂ 1 ਕਰੋੜ ਦਾ ਪ੍ਰਬੰਧ ਕੀਤਾ ਸੀ ਐਫ ਵੀ ਜੂ ਨੇ 2016 ਚ ਕੰਮ ਕਰਨਾ ਸ਼ੁਰੂ ਕੀਤਾ 17 ਫਰਵਰੀ ਨੂੰ ਇਹਨਾਂ ਨੂੰ ਮਕਦਮਾ ਚਲਾਉਣ ਦੀ ਪਤਾ ਲੱਗ ਗਿਆ ਔਰ ਕਈ ਦਿਨ ਤੋਂ ਤੋਂ ਇਸ ਗੱਲ ਦੇ ਚਰਚੇ ਨੇ ਜੇ ਹੁਣ 26 ਤਰੀਕ ਨੂੰ ਮਨੀਸ਼ ਸੋਧਿਆ ਸੀਬੀਆਈ ਕੋਲ ਜਾਂਦੇ ਨੇ ਜਿਵੇਂ ਪਹਿਲਾਂ ਉਹ ਗੇੜੇ ਦੇ ਕੇ ਕਈ ਵਾਰੀ ਮੁੜਿਆਏ ਹੋ ਸਕਦਾ ਐਕਤੀ ਸੀਬੀਆਈ ਉਹਨਾਂ ਨੂੰ ਮੁਰੰ ਨਾ ਦੇਵੇ ਤੇ ਕਿਸੇ ਹੋਰ ਘਰ ਵਾਲੇ ਪਾਸੇ ਨੂੰ ਤੋਰ ਲਵੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਨੈਟ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ